ਬਿਸਮਿਲ੍ਲਾਹਿ ਰਹਿਮਾਨ ਰਹੀਮ। ਅਸਲਾਮ ਅਲੈਕਮ, ਕੀ ਹਾਲ ਨੇ ਭਰਾਵਾਂ ਦੇ? ਠੀਕ ਹੋ? ਸਿਹਤ ਤਬੀਅਤ ਠੀਕ ਹੈ? ਅੱਜ ਦੀ ਵੀਡੀਓ 'ਚ ਗੱਲ ਕਰਨੀ ਹੈ 41-40 ਗ੍ਰੇਡ ਸਟੀਲ ਦੀ, ਜਿਹਦੀਆਂ ਬੈਰਲਾਂ ਬਣਦੀਆਂ ਨੇ, ਪਿਸਤੌਲਾਂ ਦੀਆਂ, ਬੰਦੂਕਾਂ ਦੀਆਂ। ਅੱਜ ਦੀ ਵੀਡੀਓ ਤੁਹਾਨੂੰ ਮੈਂ ਦੱਸਣਾ ਹੈ 41-40 ਗ੍ਰੇਡ ਸਟੀਲ ਬਣਦਾ ਕਿਵੇਂ ਵੇ, ਇਹਦਾ ਇਸਤੇਮਾਲ ਕਿੱਥੇ ਕਿੱਥੇ ਹੁੰਦਾ ਹੈ, ਅਤੇ ਜਿਹੜੀ ਇਹ ਸਟੀਲ ਨਾਲ ਬਣੀ ਬੈਰਲ ਹੈ ਉਹਦੀ ਪਹਿਚਾਣ ਕਿਵੇਂ ਕਰਨੀ ਹੈ। ਵੀਡੀਓ ਅੱਜ ਦੀ ਬੜੀ ਅਹਿਮ ਹੋਣ ਵਾਲੀ, ਵੀਡੀਓ ਸਾਰੀ ਵੇਖਿਆ ਜੀ। ਲਓ ਜੀ, 41-40 ਜਿਹੜੀ ਸਟੀਲ ਦੀ ਇੱਕ ਸੀਰੀਜ਼ ਹੈ ਨਾ, ਇਹਦੇ ਵਿੱਚ ਆ ਜਾਂਦਾ 41-30, 41-40, 41-45, 41-50। ਇਹ ਜਿੰਨੇ ਵੀ ਗ੍ਰੇਡ ਨੇ ਨਾ ਸਟੀਲ ਦੇ, ਇਹ ਬੜੇ ਹਾਰਡ ਕਿਸਮ ਦਾ ਇਹ ਸਟੀਲ ਹੈ। ਅੱਛਾ, ਇਹ ਸਟੀਲ ਅਗਰ ਟੁੱਟ ਜਾਏ ਨਾ, ਤਾਂ ਆਮ ਤਰੀਕੇ ਨਾਲ ਇਹਨੂੰ ਵੈਲਡ ਵੀ ਨਹੀਂ ਹੁੰਦਾ, ਇੱਕ ਖਾਸ ਕਿਸਮ ਦੀ ਹੀਟ ਟ੍ਰੀਟਮੈਂਟ ਤੋਂ ਬਾਅਦ ਇਹਨੂੰ ਵੈਲਡ ਹੁੰਦਾ। ਅੱਛਾ, 41-40 ਗ੍ਰੇਡ ਦਾ ਇੱਕ ਹੋਰ ਨਾਮ ਹੀ ਹੈ, ਇਹਨੂੰ ਆਖਿਆ ਜਾਂਦਾ ਮੋਲੀਕ੍ਰੋਮ, ਅਤੇ ਇਹਨੂੰ ਅਲੋਏ ਸਟੀਲ ਵੀ ਆਖਿਆ ਜਾਂਦਾ। ਇਹ ਸਟੀਲ ਦੀ ਬੜੀ ਹਾਰਡ ਕਿਸਮ ਹੈ 41-40 ਗ੍ਰੇਡ। ਹੁਣ ਮੈਂ ਤੁਹਾਨੂੰ ਦੱਸਦਾ ਇਹ ਬਣਦਾ ਕਿਵੇਂ ਵੇ। ਇਹ ਨਾ ਜੀ, ਸਟੀਲ ਲੈਂਦੇ ਨੇ, ਸਟੀਲ ਦੇ ਵਿੱਚ ਕੁਝ ਹੋਰ ਧਾਤਾਂ ਵੀ ਪੈਂਦੀਆਂ, ਮੈਂ ਤੁਹਾਨੂੰ ਨਾਂ ਦੱਸਦਾ ਉਹਨਾਂ ਦਾ। ਇੱਕ ਤਾਂ ਪੈਂਦਾ ਇਹਦੇ ਵਿੱਚ ਸਟੀਲ, ਉਸ ਤੋਂ ਬਾਅਦ ਇਹਦੇ 'ਚ ਕਾਰਬਨ, ਕ੍ਰੋਮੀਅਮ, ਮੈਗਨੇਸ਼ ਅਤੇ ਮੋਲਾਡੀਅਮ। ਇਹ ਧਾਤਾਂ ਨੂੰ ਨਾ ਬੜੇ ਹਾਈ ਟੈਂਪਰੇਚਰ ਦੇ ਵਿੱਚ ਪਿਘਲਾਇਆ ਜਾਂਦਾ, ਜਿਸ ਟਾਈਮ ਇਹ ਯੱਕ ਜਾਣ ਹੋ ਜਾਂਦੀਆਂ ਨਾ, ਪਿਘਲ ਜਾਂਦੀਆਂ, ਇਹਨੂੰ ਠੰਡਾ ਕੀਤਾ ਜਾਂਦਾ। ਠੰਡਾ ਜਿਸ ਟਾਈਮ ਇਹ ਹੋ ਜਾਂਦੀਆਂ ਨੇ, ਉਸ ਤੋਂ ਬਾਅਦ ਫਿਰ ਇਹਨੂੰ ਹਾਈ ਟੈਂਪਰੇਚਰ ਦੇ ਵਿੱਚ ਗਰਮ ਕੀਤਾ ਜਾਂਦਾ। ਤਾਂ ਜਿਸ ਵੇਲੇ ਫਿਰ ਇਹਨੂੰ ਠੰਡਾ ਕਰਦੇ ਨੇ ਨਾ, ਤਾਂ ਇਹ ਬੜਾ ਹਾਰਡ ਕਿਸਮ ਦਾ, ਮਤਲਬ ਕਿ ਜਦੋਂ ਲੋਹਾ ਬਣਦਾ, ਫਿਰ ਉਹ ਇਹ ਫਿਰ 41-40 ਗ੍ਰੇਡ ਦਾ ਲੋਹਾ ਬਣਦਾ। ਅੱਛਾ ਜੀ, ਹੁਣ ਮੈਂ ਤੁਹਾਨੂੰ ਦੱਸਦਾ ਜੀ 41-40 ਗ੍ਰੇਡ ਜਿਹੜਾ ਸਟੀਲ ਇਸਤੇਮਾਲ ਕਿੱਥੇ ਕਿੱਥੇ ਹੁੰਦਾ। ਇਹ ਜੀ ਕਰੇਨਾਂ ਦੇ ਵਿੱਚ ਇਸਤੇਮਾਲ ਹੁੰਦਾ, ਉਸ ਤੋਂ ਬਾਅਦ ਇਹ ਜਿਹੜੇ ਗੱਡੀਆਂ ਦੇ ਇੰਜਣ ਨੇ, ਇਹਨਾਂ ਦੇ ਵਿੱਚ ਜਿਹੜੀਆਂ ਗਰਾਰੀਆਂ ਨੇ ਉਹ 41-40 ਗ੍ਰੇਡ ਸਟੀਲ ਦੀਆਂ ਹੁੰਦੀਆਂ ਨੇ। ਗੱਡੀਆਂ ਦੇ ਜਿਹੜੇ ਗੇਅਰ ਬਕਸੇ ਦੇ ਵਿੱਚ ਗਰਾਰੀਆਂ ਨੇ, ਇਹ 41-40 ਗ੍ਰੇਡ ਸਟੀਲ ਦੀਆਂ ਹੁੰਦੀਆਂ ਨੇ। ਇਹ ਜਿਹੜੀਆਂ ਸ਼ਾਫਟਾਂ ਹੁੰਦੀਆਂ ਨੇ ਮਤਲਬ ਗੱਡੀ ਦੇ ਵਿੱਚ, ਇਹ ਵੀ 41-40 ਗ੍ਰੇਡ ਦੀਆਂ ਹੁੰਦੀਆਂ ਨੇ। ਇਹ ਤੁਸੀਂ ਵੇਖਿਆ ਹੋਣਾ, ਇਹ ਜਿਹੜੇ ਵਲੈਤੀ ਨਟ ਹੁੰਦੇ ਨੇ ਨਾ, ਇਹਨਾਂ ਨੂੰ ਜ਼ੰਗ ਵੀ ਨਹੀਂ ਲੱਗਦਾ, ਇਹਨਾਂ ਦੀਆਂ ਚੂੜੀਆਂ ਵੀ ਖਰਾਬ ਨਹੀਂ ਹੁੰਦੀਆਂ। ਅਤੇ ਇਹਦੇ ਨਾਲ ਦਾ ਨਟ, ਅਗਰ ਵਲੈਤੀ ਨਟ ਗੱਡੀ ਦਾ ਕੋਈ ਡਿੱਗ ਪਵੇ ਨਾ, ਤਾਂ ਉਹਦੇ ਨਾਲ ਦਾ ਨਟ ਵੀ ਨਹੀਂ ਲੱਭਦਾ। ਅਤੇ ਇਹ ਜਿਹੜੇ ਵਲੈਤੀ ਨਟ ਹੁੰਦੇ ਨੇ ਨਾ, ਇਹ ਵੀ 41-40 ਗ੍ਰੇਡ ਦੇ ਹੁੰਦੇ ਨੇ। ਇਹ ਜਿਹੜੀ 41-40 ਗ੍ਰੇਡ ਸਟੀਲ ਹੈ ਨਾ, ਸਪੈਸ਼ਲ ਇਸਤੇਮਾਲ ਹੁੰਦੀ ਹੈ ਇਹ ਗੰਨਾਂ ਦੀਆਂ ਬੈਰਲਾਂ ਬਣਾਉਣ ਵਾਸਤੇ। ਜਿੰਨੀਆਂ ਵਲੈਤੀ ਰਾਈਫਲ ਆਉਂਦੀਆਂ ਨੇ, ਉਹਨਾਂ ਦੀ ਜਿਹੜੀਆਂ ਬੈਰਲਾਂ ਹੁੰਦੀਆਂ ਨੇ 41-40 ਗ੍ਰੇਡ ਲੋਹੇ ਨਾਲ ਬਣੀਆਂ ਹੁੰਦੀਆਂ ਨੇ। ਇਹਦਾ ਫਾਇਦਾ ਇਹ ਹੁੰਦਾ ਕਿ ਬੈਰਲ ਨਾ ਜਲਦੀ ਫਟਦੀ ਹੈ, ਨਾ ਬੈਰਲ ਜਲਦੀ ਗਰਮ ਹੋ ਹੁੰਦੀ ਹੈ, ਜੇ ਗਰਮ ਹੋ ਵੀ ਜਾਏ ਤਾਂ ਬੜੀ ਜਲਦੀ ਠੰਡੀ ਹੋ ਜਾਂਦੀ ਹੈ। ਅਤੇ ਤੀਸਰਾ ਇਹਦਾ ਫਾਇਦਾ ਇਹ ਵੇ ਕਿ ਮਤਲਬ ਕਿ ਜਿਸਲੇ ਫਾਇਰ ਚੱਲ ਚੱਲ ਕੇ ਬੈਰਲ ਗਰਮ ਹੁੰਦੀ ਹੈ ਨਾ, ਤਾਂ ਬੈਰਲ ਫੁੱਲਦੀ ਨਹੀਂ। ਜਿਹੜੀ ਲੋਕਲ ਹੈ ਨਾ, ਉਹ ਕੀ ਹੁੰਦਾ, ਚੱਲ ਮਤਲਬ ਕਿ ਵਕਤ ਦੇ ਨਾਲ ਨਾਲ ਨਾ ਚੱਲ ਚੱਲ ਕੇ ਬੈਰਲ ਥੋੜ੍ਹੀ ਜਿਹੀ ਖੁੱਲ ਜਾਂਦੀ ਹੈ। ਅਗਰ ਤੁਸੀਂ ਨਵੀਂ ਮਤਲਬ ਕਿ ਰਾਈਫਲ ਲੈਂਦੇ ਹੋ, ਅੱਗੋਂ ਗੋਲੀ ਪਾਓਗੇ ਸਹੀ ਨਹੀਂ ਪੈਂਦੀ, ਲੇਕਿਨ ਕੋਈ 3-4 ਜਾਂ 5 ਸਾਲਾਂ ਬਾਅਦ ਜਦੋਂ ਇਸ ਤਰ੍ਹਾਂ ਗੋਲੀ ਵਿੱਚ ਪਾਓਗੇ ਤਾਂ ਵਿੱਚ ਲੰਘ ਜਾਂਦੀ ਹੈ। ਜਿਹੜੀ 41-40 ਗ੍ਰੇਡ ਬੈਰਲ ਹੈ ਨਾ, ਉਹਦੇ 'ਚ ਇਹ ਫਾਲਟ ਨਹੀਂ ਆਉਂਦਾ, ਬੈਰਲ ਫੁੱਲਦੀ ਨਹੀਂ। ਹੁਣ ਤਾਂ ਲੋਕਲ ਜਿਹੜੇ ਕਾਰੀਗਰ ਹੈ ਨਾ ਪਾਕਿਸਤਾਨ ਦੇ ਵਿੱਚ, ਉਹ ਵੀ 41-40 ਗ੍ਰੇਡ ਦੀਆਂ ਬੈਰਲਾਂ ਲੱਗ ਪੈਣੇ ਬਣਾਉਣ। ਅੱਛਾ, ਹੁਣ ਤੁਸੀਂ ਕਿਸੇ ਨੂੰ ਆਖੋ ਜੀ ਆਹ ਫੜ 10,000 ਰੁਪਈਆ ਅਤੇ ਮੈਨੂੰ 41-40 ਗ੍ਰੇਡ ਦਾ ਪਿਸਟਲ ਦੇ ਦੇ, ਯਾਨੀ ਕਿ ਬੈਰਲ ਵਿੱਚ 41-40 ਗ੍ਰੇਡ ਦੀ ਹੋਵੇ, ਤਾਂ ਇੰਝ ਤਾਂ ਨਹੀਂ ਨਾ ਹੁੰਦਾ। ਜਿਹੜੀ 41-40 ਗ੍ਰੇਡ ਦੀ ਚੀਜ਼ ਬਣੀ ਉਹ ਹਮੇਸ਼ਾ ਮਹਿੰਗੀ ਹੋਵੇ ਦੀ, ਉਹਦੇ ਵਾਸਤੇ ਫਿਰ ਪੈਸੇ ਵੀ ਚੌਖੇ ਹੁੰਦੇ ਨੇ। ਅਤੇ ਕਈ ਤਾਂ ਭਰਾ ਇੰਜਾਂ ਸਮਝਦੇ ਨੇ ਕਿ ਜਿਹੜਾ 41-40 ਗ੍ਰੇਡ ਹੈ ਨਾ, ਇਹ ਡਿੱਗ ਯੂਰਪ ਵਿੱਚ, ਅਤੇ ਇੱਧਰ ਪਾਕਿਸਤਾਨ 'ਤੇ ਪਤਾ ਸੋਰੀ ਕੋਈ ਨਹੀਂ ਇਸ ਚੀਜ਼ ਦਾ। ਭਾਈ ਜੀ, ਆਹ ਗੁਜਰਾਂਵਾਲੇ ਲਗੇ ਜਾਓ, ਇਹ ਲਾਹੌਰੋਂ ਸਟੇਸ਼ਨ ਤੋਂ ਲਵਿਆ ਜੇ, ਅਤੇ ਸੱਜੀ ਸਾਈਡ 'ਤੇ ਮਾਰਕੀਟ ਜੇ, ਗੁਜਰਾਂਵਾਲੇ 'ਚੋਂ ਵੀ ਤੁਹਾਨੂੰ 41-40 ਗ੍ਰੇਡ ਦਾ ਲੋਹਾ ਲੱਭੇਗਾ।
ਲਾਹੌਰੋਂ ਵੀ ਤੁਹਾਨੂੰ ਜਿੰਨਾ ਮਰਜ਼ੀ ਜਾ ਕੇ ਲੈ ਆਓ। ਇਹ ਨਹੀਂ ਕਿ ਪਾਕਿਸਤਾਨ ਵਿੱਚ ਨਹੀਂ, ਬਾਹਰ ਹੀ ਪਾਕਿਸਤਾਨ ਵਿੱਚ ਵੀ ਇਹ ਗ੍ਰੇਡ ਮਸਲ ਸਟੀਲ ਮੌਜੂਦ ਹੈ। ਅਤੇ ਇਸ ਕਰਕੇ ਅਗਰ ਤੁਸੀਂ 41-40 ਗ੍ਰੇਡ 'ਚ ਕੋਈ ਚੀਜ਼ ਬਣਵਾਉਣੀ ਹੈ ਤਾਂ ਜ਼ਾਹਿਰੀ ਬਾਤ ਉਹ ਫਿਰ ਮਹਿੰਗੀ ਬਣੇ। ਲਓ ਇਹਦੀ ਪਹਿਚਾਣ ਤੁਹਾਨੂੰ ਮੈਂ ਦੱਸਦਾ, ਇਹਦੀ ਜਿਹੜੀ ਬੈਰਲ ਹੁੰਦੀ ਹੈ ਨਾ, ਉਹ ਜਿਸ ਤਰ੍ਹਾਂ ਦਾ ਕਲਰ ਬਾਹਰੋਂ ਹੁੰਦਾ ਨਾ, ਉਸ ਤਰ੍ਹਾਂ ਦਾ ਹੀ ਅੰਦਰੋਂ ਹੁੰਦਾ। ਯਾਨੀ ਕਿ ਮਹਿਸੂਸ ਇਸ ਤਰ੍ਹਾਂ ਹੁੰਦਾ ਕਿ ਜਿਵੇਂ ਕਰੋਮ ਦੀ ਹੈ, ਲੇਕਿਨ ਕਰੋਮ ਹੁੰਦਾ ਨਹੀਂ। ਇਸ ਜਿਹੜਾ ਸਟੀਲ ਹੈ ਨਾ 41-40 ਗ੍ਰੇਡ ਦਾ ਸਟੀਲ, ਇਹਦੀ ਰੰਗਤ ਹੀ ਇਸ ਤਰ੍ਹਾਂ ਦੀ ਹੁੰਦੀ ਹੈ ਕਿ ਜਿਵੇਂ ਕਰੋਮ ਹੁੰਦਾ, ਯਾਨੀ ਕਿ ਚਮਕੀਲਾ ਟੈਪ। ਅਗਰ ਤੁਸੀਂ 200-400 ਗੋਲੀ ਵੀ ਚਲਾਓਗੇ ਨਾ, ਬੈਰਲ ਨੂੰ ਸਾਫ਼ ਕਰੋਗੇ ਮਤਲਬ ਕਿ ਕੱਪੜੇ ਨਾਲ, ਤਾਂ ਜਨਾਬ ਉਸੇ ਤਰ੍ਹਾਂ ਦੀ ਹੋਏਗੀ ਜਿਸ ਤਰ੍ਹਾਂ ਦੀ ਪਹਿਲੇ ਦਿਨ ਆਉਂਦੀ ਹੈ। ਕਲਰ ਬਿਲਕੁਲ ਵੀ ਚੇਂਜ ਨਹੀਂ ਹੋਏਗਾ। ਜਿਸ ਤਰ੍ਹਾਂ ਦੀ ਬਾਹਰ ਸਾਈਡ ਤੋਂ ਕਲਰ ਹੋਏਗਾ, ਉਸੇ ਤਰੀਕੇ ਨਾਲ ਅੰਦਰਲੀ ਸਾਈਡ ਤੋਂ ਹੋਏਗਾ। ਹੁਣ ਤੁਸੀਂ ਵੇਖ ਕੇ ਹੁਣ ਕਈ ਲੋਕਲ ਕੀ ਕਰਦੇ ਨੇ ਕਿ ਹੁੰਦੀ ਮਤਲਬ ਕਿ ਲੋਕਲ ਲੋਇਆ ਹੀ ਹੈ, ਉਹਦੇ ਅੰਦਰਲੀ ਸਾਈਡ 'ਤੇ ਕਰੋਮ ਕਰ ਦਿੰਦੇ ਨੇ, ਲੇਕਿਨ ਉਹ ਓਰੀਜਨਲ 41-40 ਗ੍ਰੇਡ ਦੀ ਬੈਰਲ ਨਹੀਂ ਹੁੰਦੀ। ਭਾਵੇਂ ਕਰੋਮ ਕੀਤਾ ਹੁੰਦਾ ਨੇ, ਉਹ ਜਿਸਲੇ ਕੋਈ 40-50 ਫਾਇਰ ਕਰੀਦੇ ਨੇ, ਉਹ ਕਰੋਮ ਜਨਾਬ ਵਿੱਚ ਉੱਡ ਅੱਡ ਜਾਂਦਾ। ਅਸਲ ਜਿਹੜੀ 41-40 ਗ੍ਰੇਡ ਦੀ ਬੈਰਲ ਹੈ ਨਾ, ਉਹ ਕੋਈ ਕਰੋਮ ਨਹੀਂ ਹੁੰਦਾ ਉਹਦੇ ਉੱਤੇ ਹੁੰਦਾ, ਉਸ ਮਤਲਬ ਕਿ ਲੋਹੇ ਸਟੀਲ ਦਾ ਰੰਗ ਹੀ ਇਸ ਤਰ੍ਹਾਂ ਦਾ ਕਿ ਜਿਸ ਤਰ੍ਹਾਂ ਦੀ ਉਹ ਬਾਹਰੋਂ ਦੀ ਰੰਗਤ ਹੋਏਗੀ ਚਮਕੀਲੀ ਜੀ, ਬੈਰਲ ਦੇ ਵਿੱਚੋਂ ਵੀ ਉਸੇ ਤਰ੍ਹਾਂ ਦੀ ਹੋਏਗੀ। ਇਹ ਜੇ ਪਹਿਚਾਣ ਇਹਦੀ 41-40 ਗ੍ਰੇਡ ਬੈਰਲ ਦੀ। ਦੂਸਰੀ ਗੱਲ ਇਹ ਵੀ ਕਿ ਇਹ ਕਸਦੀ ਨਹੀਂ, ਅਗਰ ਤੁਸੀਂ ਇਹਨੂੰ ਕਸਾ ਕੇ ਵੇਖੋਗੇ ਨਾ ਤਾਂ ਕਸੇਗੀ ਨਹੀਂ। ਅਗਰ ਕਿਸੇ ਸਾਈਡ ਤੋਂ ਫੜ ਕੇ ਥੱਲੇ ਇਸ ਤਰ੍ਹਾਂ ਕਸਾਓਗੇ ਨਾ ਤਾਂ ਬਹੁਤ ਘੱਟ ਕਸਦੀ ਹੈ, ਬੜੀ ਮਜ਼ਬੂਤ ਕਿਸਮ ਦੀ ਇਹਦੀ ਬੈਰਲ ਹੁੰਦੀ ਹੈ। ਇਹ ਜਿਹੜਾ ਸਟੀਲ 41-40 ਗ੍ਰੇਡ ਇਹ ਹੁੰਦਾ ਹੀ ਬੜਾ ਮਜ਼ਬੂਤ ਹੈ। ਹਲੋ ਜੀ, ਵੀਡੀਓ ਅੱਜ ਦੀ ਕਹੀਂ ਦੀ ਲੱਗੀ ਹੈ, ਕਮੈਂਟਾਂ 'ਚ ਲਾਜ਼ਮੀ ਦੱਸਿਆ ਜੇ ਇਸ ਵੀਡੀਓ ਬਾਰੇ। ਅਗਰ ਤੁਹਾਡੇ ਜ਼ਿਹਨ 'ਚ ਕੋਈ ਸਵਾਲ ਹੈ ਕਮੈਂਟਾਂ 'ਚ ਲਾਜ਼ਮੀ ਪੁੱਛੋ। ਮਿਲਦੇ ਹਾਂ ਜੀ ਕਿਸੇ ਹੋਰ ਇਨਫੋਰਮੇਟਿਵ ਵੀਡੀਓ 'ਚ। ਇਜਾਜ਼ਤ ਦਿਓ ਜੀ, ਅੱਲਾ ਨੇ ਕਿਹਾ।